ਨਮਸਕਾਰ, ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਸ਼ਿਕਾਰੀਆਂ ਵੱਲੋਂ ਲਗਾਤਾਰ ਸ਼ਿਕਾਰ ਕਰਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਿਸ ਦੀ ਇੱਕ ਨਵੀਂ ਤਾਜ਼ਾ ਮਿਸਾਲ ਸਾਹਮਣੇ ਆਈ ਹੈ ਨੰਗਲ ਦੇ ਕਰੀਬੀ ਪਿੰਡ ਬ੍ਰਹਮਪੁਰ ਤੋਂ, ਜਿੱਥੇ ਕਿ ਸ਼ਿਕਾਰੀਆਂ ਵੱਲੋਂ ਇੱਕ ਨੀਲ ਗਾਏ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਹੈ। ਸ਼ਿਕਾਰੀਆਂ ਤੋਂ ਬਚਦੇ ਬਚਾਉਂਦੇ ਨੀਲ ਗਾਂ ਜਦੋਂ ਪਿੰਡ ਬ੍ਰਹਮਪੁਰ ਦੇ ਰਿਹਾਇਸ਼ੀ ਇਲਾਕੇ ਦੇ ਵਿੱਚ ਪਹੁੰਚ ਗਈ ਤਾਂ ਉੱਥੇ ਆ ਕੇ ਉਹ ਗਿਰ ਗਈ ਅਤੇ ਉਸਦੀ ਮੌਤ ਹੋ ਗਈ। ਸਵੇਰ ਹੁੰਦਿਆਂ ਜਦੋਂ ਪਿੰਡ ਦੇ ਸਰਪੰਚ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸ ਵੱਲੋਂ ਇਸ ਦੀ ਜਾਣਕਾਰੀ ਜੀਵ ਵਿਭਾਗ ਦੀ ਟੀਮ ਨੂੰ ਦਿੱਤੀ ਗਈ, ਪਰ ਉਸ ਸਮੇਂ ਤੱਕ ਅਵਾਰਾ ਕੁੱਤੇ ਉਸ ਨੀਲ ਗਾਏ ਨੂੰ ਨੋਚ ਕੇ ਖਾ ਚੁੱਕੇ ਸਨ। ਵਿਭਾਗ ਵੱਲੋਂ ਵੈਟਰਨਰੀ ਡਾਕਟਰ ਨੂੰ ਬੁਲਾ ਕੇ ਨੀਲ ਗਾਏ ਦਾ ਪੋਸਟਮਾਰਟਮ ਕਰਵਾ ਕੇ ਉਸ ਨੂੰ ਦਫਨਾ ਦਿੱਤਾ ਗਿਆ ਹੈ। ਇਤਿਹਾਸ ਸੁਣਦਿਆਂ ਗੱਲਬਾਤ ਕਰਦੇ ਹੋਏ ਸੰਬੰਧਿਤ ਅਧਿਕਾਰੀ ਦਾ ਕੀ ਕਹਿਣਾ ਹੈ। ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। ਸਰ, ਸਾਨੂੰ ਸਾਡੇ ਰੇਂਜ ਅਫੀਸਰ ਸਰ ਦਾ ਫੋਨ ਆਇਆ ਸੀਗਾ ਜੀ, ਤੇ ਬ੍ਰਹਮਪੁਰ ਉੱਪਰ ਕੋਈ ਨੀਲਾ ਸੀਗਾ ਜੀ, ਡੈਡ ਹੋਇਆ। ਅਸੀਂ ਹੁਣ ਮੌਕੇ 'ਤੇ ਪੁੱਜੇ ਜੀ, ਜਾ ਕੇ ਇਹਨੂੰ ਆਪਣੇ ਕਬਜ਼ੇ 'ਚ ਲਿਆ ਜੀ। ਹਾਦਸਾ ਤਾਂ ਇਹੀ ਵੀ ਪਿੰਡ ਵਾਲਿਆਂ ਨੇ ਸਾਨੂੰ ਦੱਸਿਆ ਵੀ ਇੱਥੇ ਕੋਈ ਮਤਲਬ ਜਿੱਦਾਂ ਰਾਤ ਨੂੰ ਕਾਲੀ ਚਕੂਰੀ ਹੈ ਅਤੇ ਸਰ, ਅਤੇ ਹੁਣ ਅਸੀਂ ਇਹਦਾ ਮੌਕੇ 'ਤੇ ਜਾ ਕੇ ਸਾਨੂੰ ਜੋ ਹਦਾਇਤਾਂ ਹੈ ਇਹਦਾ ਪੋਸਟਮਾਰਟਮ ਕਰਵਾਉਂਗੇ ਜੀ। ਉੱਥੇ ਤਾਂ ਇਹਦਾ ਕਲੀਅਰ ਪਤਾ ਲੱਗੂਗਾ ਜੀ ਵੀ ਕੀ ਆ ਇਹਦਾ ਡੈਥ ਦਾ ਕਾਰਨ ਹੈ ਜੀ। ਇਸ ਤਰ੍ਹਾਂ ਦੀਆਂ ਵਾਰਦਾਤਾਂ ਇਲਾਕੇ ਦੇ ਵਿੱਚ ਹੋ ਰਹੀਆਂ, ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਜੀ? ਸਾਡੇ ਵੱਲ ਤਾਂ ਰਾਤ ਨੂੰ ਗਸ਼ਤ ਹੈ ਜੀ, ਅਸੀਂ ਹੁਣ ਵੀ ਰਾਤ ਕੱਲ੍ਹ ਮਤਲਬ ਬੰਦੇ ਪਕੜ ਕੇ ਮਤਲਬ ਉਹਨਾਂ ਨੂੰ ਕੇਸ ਲਾ ਕੇ ਜੀ ਕੋਰਟ 'ਚ ਪੇਸ਼ ਕੀਤਾ ਜੀ। ਕੱਲ੍ਹ ਇੱਦਾਂ ਦੇ ਵੀ ਲੋਕਾਂ ਦੀ ਆਪਣੀ ਆਪਣੀ ਮਤਲਬ ਥਿੰਕਿੰਗ ਹੈ ਜੀ, ਇਹ ਲੋਕ ਜਿਹੜੇ ਹੈਗੇ ਆ ਉਹ ਜਿਹੜੇ ਸ਼ਰਾਰਤੀ ਅਨਸਰ ਹੈ ਜੀ, ਉਹ ਇੱਦਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਜੀ। ਅਤੇ ਮਹਿਕਮਾ ਤਾਂ ਪੂਰਾ ਚੌਕਸ ਹੈ ਜੀ, ਰਾਤ ਨੂੰ ਗਸ਼ਤ ਸਾਡੀ ਜਾਰੀ ਹੁੰਦੀ ਹੈ ਜੀ, ਸਾਰੇ ਸਾਡਾ ਸਟਾਫ ਨਾਲ ਹੁੰਦਾ ਜੀ, ਆਰ ਓ ਸਾਹਿਬ ਨਾਲ ਹੁੰਦੇ ਆ ਜੀ। ਅਤੇ ਕੱਲ੍ਹ ਹੀ ਅਸੀਂ ਜਿਹੜੇ ਆ ਬੰਦੇ ਮਤਲਬ ਪਕੜ ਕੇ ਅਦਾਲਤ ਪੇਸ਼ ਕਰਕੇ ਜੇਲ੍ਹ 'ਚ ਭੇਜੀ ਆ ਜੀ। ਜਿਹੜਾ ਸ਼ਡਿਊਲ ਬੰਦਾ ਇੰਨੀ ਮਤਲਬ ਜਦੋਂ ਉਹਨੂੰ ਮਾਰਦੇ ਆ, ਕਿੰਨੀ ਕੁ ਸਜ਼ਾ ਦਾ ਪ੍ਰਾਵਧਾਨ ਹੈ ਜੀ ਉਹਦੇ ਬਾਰੇ? ਉਹ ਤਾਂ 3 ਤੋਂ 7 ਸਾਲ ਤੱਕ ਸਰ।